कद्दू निज ठाणिए बनाओ तेरा मधु निज ठाणिए। वाह जी वाह, इधर कहंदे ਰਾਣੀ ਸੁੰਦਰ ਆਪਣੀ ਹੋਈ ਜਾਂਦੀ ਤਿਆਰ ਮੇਰੇ ਵੀਰੋ। ਆ ਬੇਬੇ ਨੇ ਟਮਾਟਰ ਵੇਖੇ ਹੋ ਏਡੇ ਵੱਡੇ ਚੀਰ ਤੇ ਹੈ ਬੇਬੇ। ਫੇਰ ਕੀ ਹੋ ਗਿਆ, ਆਪਣੇ ਕਿਹੜਾ ਤੰਗ ਭੀੜੇ ਵੀ ਨੰਗਣੇ ਨਹੀਂਗੇ। ਤੇ ਵੀਰਾਂ ਭੈਣਾਂ ਭਰਾਵਾਂ ਦੇ ਮੈਸੇਜ ਆਉਂਦੇ ਆ ਕਿ ਦੱਸੋ ਵੀ ਗੱਗੂ ਕੀ ਫੈਮਿਲੀ ਨਾਲ ਤੁਹਾਡਾ ਕੀ ਰਿਲੇਸ਼ਨ ਅੱਜ ਦੱਸ ਦਈਏ ਸਾਰਿਆਂ ਨੂੰ। ਮੰਮੀ ਆ ਕਿ ਤੁਸੀਂ ਬੋਲਾਂ ਹੀ ਬਣਾ ਕੇ ਰੱਖੀ ਜਾਂਦੇ ਆ। ਇਹ ਵੇਖੀ ਚੱਲੇ ਹਲਕ ਵੜ ਕੇ ਵਾ ਕੇ ਵੇਖ ਲਾ ਝੋਟੀ ਦੇਖ ਲਾ ਜੋ ਕੇ ਵੀ ਤੇਰੇ ਰੂਪ ਦੀਆਂ ਇਧਰ ਘਰੇ ਤਿਆਰੀਆਂ ਸ਼ਾਰੀਆਂ ਚੱਲੀ ਜਾਂਦੀਆਂ, ਰੰਗ ਰੁੰਗ ਹੋਈ ਜਾਂਦਾ। ਕਿਉਂ ਬੇਬੇ? ਤੇ ਕਰਨਾ ਹੀ ਹੈ ਰੰਗ ਛੰਗ, ਵਿਆਹ ਭਾਵੇਂ ਸਾਲ ਨੂੰ ਹੋਵੇ ਭਾਵੇਂ ਹੁਣ ਹੋ ਜਾਵੇ, ਇਹ ਤਾਂ ਵੀ ਕੀ ਪਤਾ। ਹਾਂ ਗੱਲ ਠੀਕ ਆ, ਤੇ ਤੁਹਾਨੂੰ ਦੱਸ ਦਈਏ ਇੱਕ ਤਿਆਰੀਆਂ ਤਾਂ ਕਰੀਆਂ ਨੇ ਆਪਣੇ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਾ 27 ਤਰੀਕ ਨੂੰ, ਤੇ 29 ਨੂੰ ਭੋਗ ਪੈਣੇ ਆ। ਤੇ ਅੱਜ ਬੇਬੇ ਹੋਣੀ ਕਹੀ ਜਾਂਦੇ ਪਤਾ ਨੀ ਕਾਹਦੀ ਸਬਜ਼ੀ ਬਣਾਉਣ ਨੂੰ ਫਿਰਦੇ ਆ ਕਿ ਉਹ ਦਿਖਾਵਾਂਗੇ ਆਪਾਂ। ਕਾਹਦੀ ਸਬਜ਼ੀ? ਅੱਜ ਹੋਰ ਡਿਜ਼ਾਈਨ ਦੀ ਸਬਜ਼ੀ ਬਣਾਉਣੀ ਆ। ਲੈ ਇਹ ਇਹਨਾਂ ਦੇ ਇੱਕ ਤੇ ਡਿਜ਼ਾਈਨ ਨਹੀਂ ਲੋਟ ਆਉਂਦੇ, ਕਦੇ ਭਿੰਡੀਆਂ ਕਦੇ ਕੀ ਕਿਤੇ ਕਦੇ ਕੀ। ਕੋਫਤੇ ਬਣਾਵਾਂਗੇ। ਕਾਹਦੇ ਕੋਫਤੇ ਬਣਾਉਣੇ? ਕੱਦੂ ਦੇ। ਲੈ ਓ ਸ਼ਾਬਾ ਭਰੀ ਲਈ ਆ, ਇੱਧਰ ਦਿਖਾਇਓ ਮੰਮੀ। ਮੈਂ ਕਿਹਾ ਤੋੜ ਲਿਆ, ਮੈਂ ਤੋੜ ਕੇ ਜਾਂਦੇ ਨੇ। ਲੈ ਕੱਦੂ ਹੀ ਨਹੀਂ ਆ ਕਿਤੇ ਲੋਟ ਆਉਂਦੇ, ਕਦੇ ਕਦੇ ਕੱਦੂ ਧਰ ਲੈਂਦੇ, ਕਦੇ ਤੋਰੀਆਂ ਧਰ ਲੈਂਦੇ, ਕਦੇ ਪਤਾ ਨਹੀਂ ਗੋਪ ਤੇ ਕੋਪ ਤੇ ਕਿਹੜੇ ਬਣਾਉਣੇ। ਇਹ ਨਾ ਤਾਂ ਤੂੰ ਭਿੰਡੀਆਂ ਖਾਣੀਆਂ, ਨਾ ਤੂੰ ਕੱਦੂ ਖਾਣੇ, ਤੂੰ ਕੁਛ ਵੀ ਨਹੀਂ ਖਾਣਾ, ਹੋਰ ਤੂੰ ਹਵਾਈ ਖਾਣੀ ਆ। ਮੈਂ ਚਾਹੁੰਦਾ ਕਿ ਮੇਰੇ ਘਰ ਵਾਲੀ ਹੋਵੇ, ਮੇਰੇ ਮਨਪਸੰਦ ਦੀ ਡਿਸ਼ ਤਿਆਰ ਕਰੇ ਕਿ ਹਾਂਜੀ ਜਾਨ ਤੁਸੀਂ ਕੀ ਖਾਣਾ, ਤੁਸੀਂ ਕੀ ਖਾਣਾ ਚਾਹੋਗੇ। ਤੁਸੀਂ ਮੈਨੂੰ ਪੁੱਛਦੇ ਪੁੱਛਦੇ ਨੇ ਇਕੱਲੇ ਮੰਮੀ ਤੋੜ ਕੇ ਲੈ ਆਉਂਦੇ ਸਬਜ਼ੀ ਧਰ ਕੇ ਤੇ ਤੁਸੀਂ ਖਵਾ ਦਿੰਨੇ। ਜਿੱਦਣ ਆ ਗਈ ਨਾ ਉਦਣ ਪਤਾ ਲੱਗੂ, ਜਿੰਨੇ ਚਿਰ ਪਾਣ ਨਾ ਪਾਵੇ ਖੁਰਕਣ ਦਾ ਸਵਾਦ ਨਹੀਂ ਆਉਂਦਾਗਾ। ਤੂੰ ਦੇਖੀ ਚੱਲੀ, ਉਹਨੇ ਮੇਰੀ ਇੰਨੀ ਕੁ ਸੇਵਾ ਕਰਿਆ ਕਰਨੀ ਆ ਨਾ, ਤੇ ਮੈਂ ਵੀ ਹੁਣ ਰੋਟੀਆਂ ਟੁੱਕਣਾ। ਆ ਕੀ ਤੁਸੀਂ ਗਲਤ ਚੀਰ ਰਹੇ, ਤੁਹਾਨੂੰ ਚੀਰਨਾ ਵੀ ਨਹੀਂ ਆਉਂਦਾ ਯਾਰ, ਕੀ ਕਰ ਰਹੇ ਹੋ ਬੇਬੇ ਤੁਸੀਂ? ਸਾਨੂੰ ਨਹੀਂ ਚੀਰਨਾ ਆਉਂਦਾ, ਤੈਨੂੰ ਬਾਹਲਾ ਚੀਰਨਾ ਆਉਂਦਾ ਤੇ ਫਿਰ ਚੀਰ ਦੇ। ਬੇਬੇ ਬੇਬੇ ਨੇ ਜਦੋਂ ਆਪ ਕੋਈ ਸਬਜ਼ੀ ਚੀਰਨੇ ਹੁੰਦੇ ਨਾ, ਉਦੋਂ ਵੀ ਚਾਰੇ ਬਾਪੂ ਨੂੰ ਆਵਾਜ਼ ਮਾਰ ਲੈ। ਤੁਸੀਂ ਕਿਹੜੇ ਢਾਬੇ ਤੇ ਲੱਗੇ ਰਹੇ? ਆਓ ਤੇ ਚੰਗੀ ਤਰ੍ਹਾਂ ਦਾ ਚੀਰਨਾ ਚਾਹੀਦਾ ਨਾ, ਇੰਨਾ ਟਾਈਮ ਹੋ ਗਿਆ ਤੁਹਾਨੂੰ ਸਬਜ਼ੀ ਸੂਜੀ ਬਣਾਉਂਦਿਆਂ ਨੂੰ। ਵਾਟ ਇਜ਼ ਦਿਸ? ਅਸੀਂ ਆਪਦੇ ਜਾਣ ਡਿਜ਼ਾਈਨ ਚੀਰ ਦੇ। ਡਿਜ਼ਾਈਨ ਇਹ ਕਿਹੜਾ ਡਿਜ਼ਾਈਨ ਆ, ਕਰਿਓ ਚੱਕ ਸਾਰੇ ਜਾਣੇ। ਵੇਖੀ ਚੱਲ ਤੇ ਹੱਥ ਨਾ ਲਾਵੇਂ। ਮੈਨੂੰ ਤੇ ਇਹਨਾਂ ਦੀ ਨਹੀਂ ਸਮਝ ਆਉਂਦੀ ਕਰੀ ਕੀ ਜਾਂਦੇ। ਇਹ ਕੀ ਬਣਾਉਣ ਕੀ ਲੱਗੇ ਦੱਸ ਤੇ ਦੋ ਇੱਕ ਵਾਰੀ। ਬੰਦਾ ਪਿਆਰ ਨਾਲ ਬੋਲ ਲਵੇ, ਜਰੂਰੀ ਤਾਂ ਨੀ ਕਿ ਜਿਵੇਂ ਬਾਪੂ ਜੀ ਨਾਲ ਗੱਲ ਕਰਦੇ ਉਦਾਂ ਹੀ ਬੋਲਣਾ ਸਾਰਿਆਂ ਨਾਲ। ਜੇ ਬੰਦਾ ਹੀ ਨੀ ਪਿਆਰ ਆਣਾ ਤਾਂ ਫਿਰ ਕਰ ਗਿਆ ਵੀ ਕੀ। ਤੁਹਾਨੂੰ ਆਪਾਂ ਕੋਪ ਤੇ ਬਣਾ ਕੇ ਦਿਖਾਵਾਂਗੇ। ਕੱਦੂ ਨੀਜ ਠਾਣੀਏ ਬਣਾਓ ਤੇਰਾ ਮਧੂ, ਨੀਜ ਠਾਣੀਏ ਬਣਾਓ ਤੇਰਾ ਮਧੂ। ਬੇਬੇ ਨੇ ਆਪਦੇ ਕੋਲੇ ਬੋਲੀ ਬਣਾ ਦੀ ਕਿ ਹੈਗੀ ਆ, ਕੱਦੂ ਨੀ ਜਠਾਣੀਏ ਬਣਾਓ ਤੇਰਾ ਮਧੂ। ਵਾਹ ਜੀ ਵਾਹ, ਕਹਿੰਦੇ ਇੱਧਰ ਆਪਦੇ ਕੋਲੋਂ ਨਹੀਂ ਬਣਾਈ ਸ਼ੁਰੂ ਹੋ ਚੁੱਕ। ਬੇਬੇ ਆਪਣੇ ਬਾਪੂ ਜੀ ਕਿਉਂ ਵਿਚਾਰੇ ਚੁੱਪ ਚੁੱਪ ਹੀ ਰਹਿੰਦੇ, ਬੋਲਦੇ ਕਿਉਂ ਨੀ? ਹੈ ਇਹਨਾਂ ਨੂੰ ਪਤਾ ਹੋ, ਆਪਾਂ ਕਿਹੜੇ ਜਾਰੀ ਮਾਂ ਨੂੰ ਪਤਾ ਜਿਹਨੇ ਜੰਮਿਆ, ਮੈਨੂੰ ਕੀ ਪਤਾ ਸਵਾਦ ਬਣਾਉਂਦੇ ਆ ਨਾ, ਕਿਆ ਹੀ ਬਾਤ ਆ। ਸੋ ਮੈਨੂੰ ਉਮੀਦ ਆ ਕਿ ਤੁਸੀਂ ਸਵਾਦ ਬਣਾਓਗੇ, ਬਸ ਇਹ ਲੱਗਦਾ ਨੀ ਤੁਹਾਡੇ ਵੱਲ ਵੇਖ ਕੇ ਕਿ ਤੁਸੀਂ ਵਧੀਆ ਬਣਾ ਕੇ ਦਿਓਗੇ। ਅੱਛਾ ਆਪ ਮੇਰੇ ਤੋਂ ਹੀ ਸਿੱਖਣਾ, ਤੁਸੀਂ ਸ਼ੁਰੂ ਕਰਨਾ ਜ਼ੋਰ ਲਗਾ ਕੇ ਹੈ ਸ਼ਾ, ਜ਼ੋਰ ਲਗਾ ਕੇ ਹੈ ਸ਼ਾ। ਬੇਬੇ ਮੰਮੀ ਜੀ ਸਪੀਡ ਹੀ ਬੜੀ ਆ, ਤੁਸੀਂ ਤੇ ਐਵੇਂ ਢਿੱਲੇ ਹੀ ਹੈ, ਬੋਲਦੇ ਨਹੀਂ ਹੋਣਾ। ਸਭ ਕਾਸੇ ਤੇ ਸਪੀਡ ਹੈ, ਧਾਰ ਜੋ ਨਹੀਂ ਵੇਖਾਂਗਾ, ਇਹ ਮਸ਼ੀਨ ਲੱਗੀ ਹੁੰਦੀ ਆ ਮਸ਼ੀਨ। ਮੰਮੀ ਫਿਰ ਕਿਚਨ ਦਾ ਕੰਮ ਕਰਦੇ ਰਹਿੰਦੇ ਨਾ ਤਾਂ ਕਰਕੇ। ਅਸੀਂ ਕਿਚਨ ਦੀ ਕਦੇ ਵੜ ਕੇ ਨਹੀਂ ਵੇਖਿਆ, ਪੱਕੀਆਂ ਪਕਾਈਆਂ ਦੋ ਦਿਨ ਦਾ ਉੱਤੇ ਖਾ ਲਈਆਂ ਨਜ਼ਾਰੇ ਤੁਹਾਡੇ। ਕੋਈ ਨਾ ਬੇਬੇ ਜਦੋਂ ਮੇਰਾ ਵਿਆਹ ਹੋ ਗਿਆ ਆਪਾਂ ਤੁਹਾਨੂੰ ਕਮਰੇ 'ਚ ਮਿਲਿਆ ਕਰਨੇ ਆ, ਜਿਹੜੀ ਤੁਹਾਡੀ ਕਮਰੇ 'ਚ ਮਿਲਦੀਆਂ ਫਿਰ ਕਮਰੇ 'ਚ ਬਾਹਰ ਮਿਲਿਆ ਕਰਨੀ। ਬਾਹਰ ਕਿਉਂ ਮਿਲਣੀਆਂ ਦੱਸ ਬੇਬੇ? ਹੈ ਕੋਈ ਪਤਾ ਨਹੀਂ ਲੱਗਦਾ ਭਰਾਵਾ, ਤੁਸੀਂ ਸਿਫਤ ਕਰਿਆ ਕਰਨੀ ਸਾਡੀ ਨੂੰਹ ਤੇ ਭੈਣ ਜੀ ਇੰਨਾ ਕੰਮ ਕਰਦੀ ਆ, ਅਸੀਂ ਤੇ ਕਹਿ ਕੇ ਹਟਾਈ ਦਾ ਕਿ ਪਤਾ। ਵਾਹ ਜੀ ਵਾਹ, ਇਧਰ ਕਹਿੰਦੇ ਮਿਰਚ ਮਸਾਲੇ ਆਟਾ ਤੇ ਉਹ ਕੱਦੂ ਤੇ ਆ ਆਪਾਂ ਆਪੇ
ਅੱਛਾ ਚਲੋ ਵੇਸਣ ਤੇ ਇਧਰ ਗੰਡੇ ਇਧਰ ਕੰਮ ਜੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਮੇਰੇ ਵੀਰੋ ਤੇ ਮਿੱਤਰੋ ਇਸ ਵਲੌਗ ਵਿੱਚ ਤੁਹਾਨੂੰ ਆਪਾਂ ਇਹ ਵੀ ਦੱਸਾਂਗੇ ਕਿ ਆਪਾਂ ਕਾਰ ਦੀ ਡੀਕੋਡਿੰਗ ਕਿੱਥੋਂ ਕਰਾਈ ਆ ਸਾਰਾ ਜਿਹਦੇ ਨਾਲ ਕਾਰ ਜਿਹੜੀ ਲਿਸ਼ਕਦੀ ਰਹਿੰਦੀ ਆ ਕਾਲੀ ਕਾਲੀ ਬਣੀ ਰਹਿੰਦੀ ਆ ਸੋ ਆਪਾਂ ਲਾਸਟ ਤੱਕ ਜ਼ਰੂਰ ਵੇਖਿਓ ਵਲੌਗ ਨੂੰ ਸਕਿਪ ਨਾ ਕਰਿਓ ਆਪਾਂ ਸਾਰਾ ਡਿਟੇਲ ਦੱਸਾਂਗੇ ਕਿੱਥੋਂ ਕਰਾਈ ਆ ਤੇ ਕੀ ਹਿਸਾਬ ਕਿਤਾਬ ਹੁੰਦਾ ਇਹਦਾ ਸਾਰਾ ਇੱਧਰ ਮੇਰੇ ਵੀਰੋ ਦਾਸ ਹੋਣਾ ਦਾ ਰੂਮ ਤਿਆਰ ਹੋ ਰਿਹਾ ਹਲੇ ਇਕੱਲੀ ਵਾਲ ਪੱਟੀ ਕੀਤੀ ਆ ਸੋ ਮੈਂ ਰੰਗ ਸੋਚਿਆ ਆਫ ਵਾਈਟ ਕਰਾਵਾਂਗੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਰੰਗ ਸੋਹਣਾ ਲੱਗੂਗਾ ਜ਼ਿਆਦਾ ਹਨਾ ਬਾਕੀ ਤਾਂ ਮੈਂ ਤੇ ਆਫ ਵਾਈਟ ਸੋਚਿਆ ਆਪਾਂ ਆ ਜਿਹੜੇ ਰੂਮ 'ਚ ਜਿਹੜਾ ਮੈਂ ਦੱਸਿਆ ਕਿ ਆਪਣਾ ਆਪਣੇ ਘਰੇ ਕੰਡਪਰ ਸਾਹਿਬ ਪ੍ਰਕਾਸ਼ ਹੋਣਾ 27 ਤਰੀਕ ਨੂੰ ਆਪਾਂ ਇਸੇ ਰੂਮ 'ਚ ਕਰਾਉਣਾ ਹਲੇ ਵੈਸੇ ਕੰਮ ਕੁੰਮ ਪਿਆ ਬਾਰ ਬੂਰ ਲਾਉਣ ਵਾਲੇ ਰਹਿੰਦੇ ਸਾਰਾ ਕੁਝ ਕਰਨ ਵਾਲਾ ਪਿਆ ਉਹ ਚਲੋ ਹੌਲੀ ਹੌਲੀ ਹੋ ਜਾਊਗਾ ਤੇ ਰੰਗ ਜ਼ਰੂਰ ਦੱਸਿਓ ਮੇਰੇ ਭਰਾ ਸਾਰੇ ਜਾਣੇ ਹੈ ਤੁਹਾਨੂੰ ਕਦੇ ਕਿਹੜੀ ਸਬਜ਼ੀ ਬਣਾ ਦਿੰਦੇ ਕਦੇ ਕਿਹੜੀ ਫੜਾ ਦਿੰਦੇ ਮੈਨੂੰ ਤੁਹਾਡੀ ਨਹੀਂ ਸਮਝ ਆਉਂਦੀ ਇਹ ਤਾਂ ਕੀਰਨੀ ਹੈ ਗੰਡੇ ਕਾਂ ਆ ਕੀ ਲੈ ਕੇ ਆਏ ਹਰੀਆਂ ਮਿਰਚਾਂ ਤੁਸੀਂ ਕਦੇ ਕੀ ਤੋੜ ਲਿਆਉਣੇ ਕਦੇ ਕੱਦੂ ਮਿੱਤਰੋ ਅੱਜ ਡਿਸ਼ ਬੜੀ ਘੈਂਟ ਬਣ ਲੱਗੀ ਹੈ ਇੰਨਾ ਮੈਨੂੰ ਜਿਹੜੀ ਚੀਜ਼ ਅੱਜ ਆਪਣੇ ਘਰੇ ਬਣ ਲੱਗੀ ਹੈ ਇਹ ਜੇ ਤੁਸੀਂ ਆਪਦੇ ਘਰੇ ਇੱਕ ਵਾਰੀ ਬਣਾ ਕੇ ਖਾ ਲਈ ਤੇ ਤੁਸੀਂ ਕਹਿਣਾ ਮੈਂ ਵਾਰ ਵਾਰ ਖਾਣੀ ਜਿਹੜੇ ਤਾਂ ਖਾਂਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਕੋਫਤੇ ਹੁੰਦੇ ਨਾ ਕੋਫਤੇ ਜਿਹੜੇ ਮੇਰੇ ਵਰਗੇ ਕੱਦੂ ਨਹੀਂ ਸਵਾਦ ਲੱਗਦੇ ਜਿਨ੍ਹਾਂ ਨੂੰ ਉਹਨਾਂ ਦੇ ਕੋਫਤੇ ਬਣਾ ਕੇ ਖਾ ਕੇ ਵੇਖਿਓ ਤੇ ਸਿਰਾ ਹੀ ਲੱਗ ਗਿਆ ਨਾ ਤੇ ਆਪਾਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਕੀ ਕੀ ਪ੍ਰੋਸੀਜਰ ਆ ਸਾਰਾ ਜਾਣ ਕੇ ਸਾੜੇ ਆਪੇ ਤਾਂ ਕਹਿੰਦੇ ਆ ਨਾ ਸਾਡੇ ਕੰਮ ਨੀ ਕਰਾਉਂਦਾ ਹੁਣ ਜਿਹੜੇ ਕਰਾਉਣ ਵਾਲੇ ਉਹਦਾ ਤੂੰ ਕਰਾਉਂਦਾ ਨੀ ਗਾ ਆਹ ਤੂੰ ਲੱਗ ਗਿਆ ਸਾਰਾ ਸਾੜਦਾ ਕਾਲੀ ਕਰਤੀਆਂ ਮਿਰਚਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਮੰਮੀ ਕਰ ਲੂਗੀ ਆਪਣੇ ਮਾਦਰ ਪਰ ਧਾਮ ਬਣ ਕੇ ਬਹਿ ਗਿਆ ਬੇਬੇ ਫਿਰ ਇਦਾਂ ਕਾ ਤੂੰ ਕਹਿੰਦਾ ਨਹੀਂ ਕਿ ਤੂੰ ਨਾਲ ਕੰਮ ਨੀ ਕਰਾਉਂਦਾ ਪਹਿਲਾਂ ਮਿਰਚਾਂ ਦਾ ਆਪਾਂ ਬਣਾ ਲਿਆ ਪਾਊਡਰ ਬਣਾ ਕੇ ਬਾਅਦ ਜੋ ਆਪਾਂ ਚਾਰ ਮਿਰਚਾਂ ਨੂੰ ਕੀ ਕਰਨੀ ਬੇਬੇ ਕੁੱਟੀ ਜਾਣਾ ਸਾਰਿਆਂ ਨੂੰ ਪਹਿਲਾਂ ਮਿੱਤਰੋ ਆਪਾਂ ਜਮਾਂ ਨਿਚੋੜ ਲੈਣੇ ਜਿਹੜੇ ਕੱਦੂ ਹੈ ਠੀਕ ਆ ਜੀ ਲਓ ਵੀ ਇਧਰ ਵੇਖੀ ਚੱਲੋ ਆ ਜਿਹੜਾ ਨਿਚੋੜ ਨਿਚੋੜ ਕੇ ਨਾ ਪਾਣੀ ਕੱਢ ਕੇ ਤੇ ਆਪਾਂ ਇਹਨੂੰ ਅਲੱਗ ਕਰ ਲੈਣਾ ਜਿਹੜੇ ਵੀ ਆਪਾਂ ਕੱਦੂਕਸ਼ ਕੀਤਾ ਕੱਦੂਆਂ ਦਾ ਅੱਛਾ ਇਹ ਵੀ ਕੰਮ ਆਊਗਾ ਹੱਥ ਧੋਤੇ ਸੀ ਚੰਗੀ ਤਰ੍ਹਾਂ ਡਟੋਲ ਨਾ ਧੋ ਕੇ ਆਏ ਹਾਂ ਕੱਦੂ ਸਾਰੇ ਨਿਕਾਲ ਕੇ ਤੇ ਆਪਣੇ ਥਾਲੀ ਮੈਂ ਡਾਲ ਲੈਣੇ ਆ ਕਾਲੀ ਮਿਰਚ ਹਾਂਜੀ ਹਾਂ ਹਾਂ ਜੀਰਾ ਸਾਰਾ ਕੁਝ ਵਿੱਚ ਮਿਕਸ ਕਰ ਦੇਣਾ ਹੈ ਫੇਰ ਲਓ ਵੀ ਹਰੀ ਮਿਰਚ ਇਹ ਮਿਰਚਾਂ ਸਾਡੀ ਇੰਨੀਆਂ ਕੌੜੀਆਂ ਨਹੀਂ ਗੀਆਂ ਤਾਂ ਹੀ ਪਾਈ ਹਨ ਨਹੀਂ ਤਾਂ ਇਹ ਮਿਰਚ ਵਾਹ ਜੀ ਵਾਹ ਕੋਪ ਤੇ ਬਣ ਲੱਗੇ ਮੇਰੇ ਵੀਰੋ ਥੋੜਾ ਜਿਹਾ ਗਰਮ ਮਸਾਲਾ ਆਹ ਕਿਹੜਾ ਮਸਾਲਾ ਗਰਮ ਮਸਾਲਾ ਵਾਹ ਜੀ ਵਾਹ ਥੋੜੀ ਜੀ ਹਲਦੀ ਲਏਂਗੇ ਔਰ ਇਸਮੇ ਡਾਲੇਂਗੇ ਥੋੜੀ ਜਿਹੀ ਲਾਲ ਮਿਰਚ ਬਾਪੂ ਦੀ ਹੈਲਪ ਕਰਾ ਦੋ ਵਿਚਾਰੇ ਬਾਪੂ ਜੀ ਇਕੱਲੇ ਲੱਗੇ ਪਏ ਮੈਂ ਚਲੋ ਜੀ ਹੁਣ ਮੰਮਾ ਕੀ ਪਾਉਣ ਲੱਗਿਆ ਹੁਣ ਆਪਾਂ ਬੇਸਣ ਪਾਵਾਂਗੇ ਇਹਨਾਂ ਚ ਲਓ ਜੀ ਵਾਹ ਜੀ ਵਾਹ ਕਿਆ ਬਾਤਾਂ ਮੇਰੇ ਵੀਰੋ ਬੇਬੇ ਫਿਰ ਮੈਂ ਤੇ ਮੇਰੇ ਘਰ ਵਾਲੀ ਵੀ ਏਦਾਂ ਬਣਾਇਆ ਕਰਾਂਗੇ ਵਾਹ ਜੀ ਵਾਹ ਕਹਿੰਦੇ ਇਧਰ ਸਿਰਾ ਹੋਈ ਜਾਂਦਾ ਬੇਸਣ ਵੀ ਆਪਾਂ ਲੈ ਕੋਈ ਹਾਲ ਨੀ ਤੁਹਾਡਾ ਤੁਸੀਂ ਬਣਾਓ ਬਣੋਗੇ ਵੱਡੇ ਸ਼ੈਫ ਪਰ ਮੇਰੇ ਘਰ ਵਾਲੀ ਨੂੰ ਤਾਂ ਚੇਤਾ ਹੋਇਆ ਕਰੂਗਾ ਬੇਬੇ ਹਨਾ ਤੇ ਉਹ ਮੰਮਾ ਪਾਣੀ ਕਦੋਂ ਪਾਉਣਾ ਉਹ ਜਿਹੜਾ ਵਾਹ ਵੇਖੀ ਚੱਲੋ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਬੇਸਣ ਹੋਰ ਪਾ ਦਈਏ
ਵੇਸਣ ਪਾਏਗੇ ਹੋਰ ਮੰਮੀ ਬੜੇ ਲੋਕਾਂ ਦੇ ਮੈਸੇਜ ਆਉਂਦੇ ਵੀਰਾਂ ਭੈਣਾਂ ਭਰਾਵਾਂ ਦੇ ਮੈਸੇਜ ਆਉਂਦੇ ਆ ਕਿ ਦੱਸੋ ਵੀ ਗੱਗੂ ਕੀ ਫੈਮਿਲੀ ਨਾਲ ਤੁਹਾਡਾ ਕੀ ਰਿਲੇਸ਼ਨ ਅੱਜ ਦੱਸ ਦਈਏ ਸਾਰਿਆਂ ਨੂੰ ਪਿਛਲੇ ਵਲੌਗ ਵਿੱਚ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਇਸ ਵਲੌਗ ਵਿੱਚ ਦੱਸਾਂਗੇ ਤੁਹਾਨੂੰ ਮੈਂ ਦੱਸਦਾ ਮੈਂ ਗੱਗੂ ਦੇ ਸਨੋਵਰ ਹੋਣੀ ਅਸੀਂ ਪਹਿਲੀ ਵਾਰ ਚੰਡੀਗੜ੍ਹ ਮਿਲੇ ਸੀ ਅੱਜ ਤੋਂ 3-4 ਸਾਲ ਹੋ ਗਏ ਨਾ 4 ਸਾਲ ਹੋ ਗਏ ਹਾਂ 4 ਕੇ ਸਾਲ ਪਹਿਲਾਂ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਤੇ ਬਾਅਦ ਜੋ ਤੁਹਾਨੂੰ ਪਤਾ ਜਦੋਂ ਗੂੜੀ ਗੂੜਾ ਗੂੜੀ ਦੋਸਤੀ ਪੈ ਜੇ ਬਾਅਦ ਜੋ ਗਾਂ ਫੈਮਿਲੀ ਰਿਲੇਸ਼ਨ ਹੋ ਜਾਂਦੇ ਹਨਾ ਬਿਲਕੁਲ ਬਾਅਦ ਚੋ ਸਾਡੀ ਤਾਂ ਗੂੜੀ ਹੋਣੀ ਸੀ ਦੋਸਤੀ ਗਾਂ ਸਾਡੀ ਦੋਵਾਂ ਭੈਣਾਂ ਦੀ ਜਿਵੇਂ ਬੇਬੇ ਦੀ ਪਰਿਵਾਰ ਵਾਂਗੂ ਸਾਡਾ ਬਾਅਦ ਚੋ ਨਹੀਂ ਹਾਂ ਰਿਸ਼ਤੇਦਾਰੀ ਵਾਂਗੂ ਵਰਤਦੇ ਆ ਬਾਅਦ ਚੋ ਉਹਨਾਂ ਦੀ ਫੈਮਿਲੀ ਸਾਡੇ ਘਰੇ ਆਉਂਦੀ ਅਸੀਂ ਉੱਥੇ ਜਾਂਦੇ ਆ ਇਹ ਪਿਆਰ ਦੀ ਗੱਲ ਆ ਜਿੱਥੇ ਪਿਆਰ ਪੈ ਜੇ ਪੈ ਜੇ ਮੰਮੀ ਲੋਕਾਂ ਨੂੰ ਐਂ ਲੱਗਦਾ ਰਹਿੰਦਾ ਕਿ ਆਪਣੀ ਰਿਸ਼ਤੇਦਾਰੀ ਆ ਕੋਈ ਰਿਸ਼ਤੇਦਾਰੀ ਨੀ ਚਲੋ ਹੁਣ ਰਿਸ਼ਤੇਦਾਰਾਂ ਨਾਲ ਵੱਧ ਵਰਤਦੇ ਹਾਂ ਇੱਕ ਦੂਸਰੇ ਨਾਲ ਤੇ ਬਾਕੀ ਉਹਨਾਂ ਦੇ ਐ ਚਾਹ ਚੜ ਜਾਂਦਾ ਜਦੋਂ ਅਸੀਂ ਉਹਨਾਂ ਦੇ ਜਾਂਦੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਹਾਂ ਇਹ ਸਾਡੇ ਆਏ ਜਦੋਂ ਉਹ ਇੱਥੇ ਆਉਂਦੇ ਮੰਮੀ ਹੋਣਾਂ ਨੂੰ ਬੜੀ ਖੁਸ਼ੀ ਚੜਦੀ ਆ ਮੰਮੀ ਆ ਕਿ ਤੁਸੀਂ ਬੋਲਾਈਆਂ ਬਣਾ ਕੇ ਰੱਖੀ ਜਾਂਦੇ ਆ ਇਹ ਵੇਖੀ ਚੱਲ ਇਹ ਤਾਂ ਕੋਤੇ ਆ ਇਹ ਫਰਾਂ ਐਦਾਂ ਤੁਹਾਨੂੰ ਦੱਸ ਦਿੰਦਾ ਨਾਲੇ ਸਾਡਾ ਫੰਕਸ਼ਨ ਹੋ ਜਾਂਦਾ ਇੱਦਾਂ ਹੀ ਸਾਡੀ ਸਬਜ਼ੀ ਸੂਜੀ ਬਣ ਜਾਣੀ ਗੱਲਾਂ ਬਾਤਾਂ ਕਰਦੇ ਕਿਉਂ ਬਾਪੂ ਜੀ ਇਹੀ ਗੱਲ ਆ ਨਾ ਬੇਬੇ ਤੁਸੀਂ ਬਾਪੂ ਜੀ ਨੂੰ ਕੀ ਕਹਿ ਕੇ ਬੁਲਾਉਣੇ ਹੁੰਦੇ ਆ ਅਸੀਂ ਸਰਦਾਰ ਜੀ ਕਹਿ ਕੇ ਬੁਲਾਉਂਦੇ ਆ ਸਰਦਾਰ ਜੀ ਬੇਬੇ ਜੀ ਹਮੇਸ਼ਾ ਜਦੋਂ ਵੀ ਵਾਜਮਾਨ ਸਰਦਾਰ ਜੀ ਗੱਲ ਸੁਣਿਓ ਤੇ ਬਾਪੂ ਜੀ ਤੁਹਾਨੂੰ ਕੀ ਕਹਿੰਦੇ ਆ ਉਹ ਕੁਝ ਵੀ ਨਹੀਂ ਕਹਿੰਦੇ ਆ ਜਾਂਦੇ ਆ ਕਿਤੇ ਬੇਬੇ ਨਿੰਦਰੋ ਦਾ ਚਾਚਾ ਵੀ ਆ ਨਿੰਦਰੋ ਹੈਗਾ ਭੂਆ ਦਾ ਨਾ ਵੱਡੀ ਭੂਆ ਦਾ ਬੇਬੇ ਕਿਉਂਕਿ ਨਿੰਦਰੋ ਦਾ ਚਾਚਾ ਕਿੱਧਰ ਗਿਆ ਸਰੋਂ ਦਾ ਤੇਲ ਲੋ ਵੀ ਇੱਧਰ ਬੋਲਾਂ ਬਣਾ ਕੇ ਰੱਖਦੇ ਬੇਬੇ ਤੁਸੀਂ ਕੀ ਕੁੱਟੀ ਜਾਂਦੇ ਹੋ ਕਹਿੰਦੇ ਘੈਂਟ ਆ ਤੇ ਪਹਿਲੀ ਵਾਰੀ ਆਪਾਂ ਇੰਨੇ ਨੂਣ ਮਿਰਚ ਮਸਾਲੇ ਜੇ ਪਾਏ ਨਹੀਂ ਤਾਂ ਆਪਣਾ ਸੌਖਾ ਬਣ ਜਾਂਦਾ ਸਾਰਾ ਕੁਝ ਲੋ ਵੀ ਇੱਧਰ ਗੰਢੇ ਜੀ ਕਰਤਾ ਕੰਮ ਉਹੀ ਬੇਬੇ ਨੇ ਬੇਬੇ ਰੋਕ ਜਾ ਕੱਢ ਲਈ ਹਲੇ ਵੀ ਵਿਆਹ ਜਦੋਂ ਹੋ ਗਿਆ ਪਤਾ ਲੱਗ ਜੂਗਾ ਵਿਆਹ ਉਹ ਲੱਡੂ ਜਾਂ ਤੰਗ ਬੜਾ ਕਰੀ ਜਾਂਦਾ ਬੇਬੇ ਕਹਿੰਦੇ ਨਾ ਜਿਹੜਾ ਲੱਡੂ ਖਾ ਲੈਂਦਾ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹਲੇ ਮੈਂ ਖਾਧਾ ਨੀ ਹਲੇ ਮੈਂ ਹਲੇ ਮੈਂ ਪਛਤਾ ਰਿਹਾ ਤੇ ਇੱਧਰ ਕਹਿੰਦੇ ਕੋਪਤਾ ਜੀ ਵਿੱਚ ਸਿੱਟਣ ਲੱਗਣੇ ਆ ਵਾਹਿਗੁਰੂ ਜੀ ਮਿਹਰ ਕਰਿਓ ਅੱਛਾ ਸਲੋ ਸਲੋ ਦੇਖੀ ਚੱਲਿਓ ਕਿਵੇਂ ਬਣਦੇ ਤੇ ਘੈਂਟ ਚੀਜ਼ ਆ ਵੱਖਰੀ ਚੀਜ਼ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਨਹੀਂ ਆ ਤੇ ਕੋਫਤੇ ਚੱਲ ਆਪਾਂ ਪਾ ਦਿੱਤੇ ਤੇ ਉਹ ਗੰਢਿਆਂ ਦਾ ਕੀ ਕਰਨਾ ਉਹ ਫਿਰ ਵੇਖੀ ਤੂੰ ਹੈ ਮਿੱਤਰ ਇਹ ਤੇ ਮੇਰੇ ਨਾਲ ਵੀ ਅੱਜ ਮੰਮੀ ਹੋਣੀ ਸਸਪੈਂਸ ਹੀ ਰੱਖੀ ਜਾਂਦੇ ਆ ਕਿ ਅੱਗੇ ਵੇਖਿਓ ਹਲੇ ਪਾਣੀ ਵੀ ਆਪਾਂ ਉਵੇਂ ਪਿਆ ਜਿਹੜਾ ਕੱਦੂਆਂ ਵਾਲਾ ਪਾਣੀ ਆ ਤੇ ਅੱਗੇ ਦੇਖੀ ਚੱਲੋ ਫਿਰ ਹੁੰਦਾ ਕੀ ਆ ਤੇ ਕੀ ਬਣਦਾ ਵੇਖ ਲੋ ਕੋਫਤੇ ਬਣਦੇ ਪਏ ਹੋਰ ਗੋਲ ਗੋਲ ਜੇ ਗੁਲਗੁਲੇ ਬਣ ਜਾਣੇ ਇਹਨਾਂ ਦੇ ਕੱਲ ਲੱਗ ਜਾਣੀ ਫਿਰ ਲੋਕਡਾਊਨ ਬਹੁਤ ਸ਼ੁਰੂ ਕਰ ਦੇਣੀ ਕੱਲ ਲਾਉਣੀ ਮੈਂ ਮੈਨੂੰ ਲੱਗਦਾ ਮਿੱਟੀ ਆਪਾਂ ਜ਼ਿਆਦਾ ਪਾਤੀ ਆ ਤੇ ਮਿੱਤਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਥੇ ਸਾਰੇ ਆਪਾਂ ਲੋਕਡਾਊਨ ਲਵਾ ਦੇਣੀ ਜੇ ਠੀਕ ਆ ਡਿਜ਼ਾਈਨ ਆਪਾਂ ਪਸੰਦ ਕਰਿਆ ਤਾਂ ਹੀ ਵੇਖੋ ਭਾਈ ਆਣ ਕੇ ਗੱਟੇ ਕਿਵੇਂ ਕੁੱਟਲੇ ਕਿਨੇ ਕਿਨੇ ਵਾਹ ਜੀ ਵਾਹ ਇੱਧਰ ਕੋਫਤੇ ਕਹਿੰਦੇ ਰੈਡੀ ਆ ਤੇ ਹੁਣ ਅੱਗੇ ਵੇਖਦੇ ਆ ਅੱਗੇ ਅੱਗੇ ਦੇਖੋ ਹੁੰਦਾ ਹੈ ਕੀ ਹਾਂਜੀ ਗੰਢੇ ਕਿੰਨੇ ਕੁ ਕੁੱਟਣੇ ਆ ਕੁੱਟ ਦੋ ਸਾਰੇ ਚੰਗੀ ਤਰ੍ਹਾਂ ਚੜ ਪੁਣੀ ਜਰਰ ਕਰ ਦੋ ਰੋਈ ਜਾਂਦੇ ਆ ਹੈ ਰੋਈ ਜਾਂਦੇ ਕੁੱਟੀ ਜਾਂਦੀ ਆ ਹਲਕ ਵੜ ਕੇ ਵਾ ਕੇ ਵੇਖ ਲਾ ਝੋਟੀ ਵੇਖ ਲਾ ਜੋ ਕੇ ਬਤੇਰੇ ਰੂਪ ਦੀਆਂ ਸਿਫਤਾਂ ਕਰਾਂ ਖੜੋ ਕੇ ਬਤੇਰੇ ਰੂਪ ਦੀਆਂ ਮੈਨੂੰ ਕਿਹਾ ਬੇਬੇ ਹਾਂ ਬੋਤ ਆਓ ਆਈ ਲਵ ਯੂ ਸੋ ਮਚ ਮੁਚੂ ਬਰਾ ਲਵ ਯੂ ਟੂ ਐ ਲਵ ਯੂ ਟੂ ਬਾਪੂ ਜੀ ਨੂੰ ਕਿੰਨੇ ਵਾਰੀ ਕਿਹਾ ਲਵ ਯੂ ਟੂ ਰੈਡੀ ਕੀਤੇ ਉਹ ਆਪਾਂ ਕੱਢ ਲਿਆ ਉਹਦੇ ਚ ਇਹ ਕਾਹਦੋਂ ਕੱਢਿਆ ਮੰਮਾ ਜਿਆਦਾ ਸੀ ਨਾ ਹੁਣ ਆਪਾਂ ਇਹਦੇ ਚ ਤੜਕਾ ਲਾਉਣਾ ਅੱਛਾ ਵਾਹ ਜੀ ਵਾਹ ਤੇ ਇੱਧਰ ਮੰਮਾ ਹੁਣ ਕੀ ਪਾਉਣ ਲੱਗਿਆ ਜੀਰੇ ਨੂੰ ਆਪਾਂ ਵਿੱਚ ਪਾ ਦਾਂਗੇ ਤੇ ਹੁਣ ਹੁਣ ਵਿੱਚ ਲਸਣ ਪਾ ਦੇਣਾ ਜਿਹੜਾ ਆਪਾਂ ਲਸਣ ਜਿਹੜਾ ਆਪਾਂ ਕੁੱਟਿਆ ਜਿਹਨੂੰ ਚੰਗੀ ਤਰ੍ਹਾਂ ਜਿਹਦੀ ਪਚਿੰਗੜ ਕੱਢੀ ਲਾਓ ਜੀ ਤੇ ਇਸ ਤੋਂ ਬਾਅਦ ਇਹ ਥੋੜਾ ਜਿਹਾ ਬ੍ਰਾਊਨ ਕਰਨੇ ਆਪਾਂ ਅੱਛਾ ਬ੍ਰਾਊਨ ਲਓ ਵੀ ਹੁਣ ਆਪਾਂ ਪਾ ਦਾਂਗੇ ਮਿੱਤਰੋ ਪਿਆਜ਼ ਉਹਦੇ ਵਿੱਚ ਹੀ ਇਦਾਂ ਹੀ ਪਾ ਦੇਣੇ ਆ ਕੈਨੇਡਾ ਚੱਲ ਗਏ ਆਪਾਂ ਕਿਉਂ ਜੀ ਜਾ ਕਰੀ ਜਾਂਦਾ ਕੈਨੇਡਾ ਜਾਣ ਨੂੰ ਲੋਕ ਵੇਖਣ ਨੂੰ ਉੱਥੋਂ ਦੇ
ਚਲੀਏ ਫਿਰ ਉਹਨਾਂ ਬਾਹਰ ਕਹਿ ਦੇਣਗੇ ਸਾਨੂੰ ਸਪੌਂਸਰ ਕਰ ਦੋ ਇਹ ਦੱਸ ਕੈਨੇਡਾ ਜਾਣਾ ਕਿ ਆਸਟ੍ਰੇਲੀਆ ਨਹੀਂ ਨਹੀਂ ਆਪਾਂ ਕੈਨੇਡਾ ਹੀ ਚੱਲਾਂਗੇ चलो पा दो फिर इना टाइम ना करो अगे आ ब्लॉग जा बड़ा वड्डा बनी जांदा प्याज इना टाइम ब्राउन नहीं हुंदा उन्ना टाइम आपां मेथी नहीं पाउणी ए जरूर बनायो तुसीं मेरे कहण ते यार फ्रैगरेंस मॉम फ्रैगरेंस ते आ मिर्च मसाला टेस्ट अनुसार हल्दी ते इस तों बाद आपां पावांगे चिट्टा नून ए पावांगे ए भी डेढ़ क चमच पाउणा सारा कुछ ते हुण आपां पाउणा आ की आ गर्म मसाला अगे गर्मी है तुसीं होर गर्मी पा देनी जे आ गई मिर्च ए थोड़ी पायो क्योंकि आपां घट ही खाने मैनू तो वेख के इन्नी फ्रैगरेंस एडी घंट आई जांदी है ना इहदी खा के सिरा ही हो जाना क्यों बेबे ते इस तों बाद मित्रो आपां पावांगे टमाटर चलो मम्मी पा दो ते हुण आपां टमाटर पा देने आ ਬੇਬੇ ਨੇ ਟਮਾਟਰ ਵੇਖੇ ਉਹ ਏਡੇ ਵੱਡੇ ਚੀਰਤੇ ਹੈ ਬੇਬੇ ਫੇਰ ਕੀ ਹੋ ਗਿਆ ਆਪਣੇ ਕਿਹੜਾ ਤੰਗ ਭੀੜੇ ਨੰਗਣੇ ਨੀਗੇ ਫੇਰ ਤੇ ਟਮਾਟਰ ਵੀ ਸਬੂਤੇ ਹੀ ਪਾ ਦੇਣੇ ਗੰਡੇ ਗੁੰਡੇ ਸਬੂਤੇ ਹੀ ਪਾ ਦੇਣੇ ਸੀ ਸਭ ਦੋ ਬਾੜੀਆਂ ਕਰਕੇ ਬੇਬੇ ਦੀ ਗੱਲ ਸੁਣ ਲਓ ਕੱਲ ਮੈਂ ਉਹਦੇ ਨਾਨਕੀ ਗਈ ਸੀਗੀ ਹੈ ਮੈਂ ਆਪਦੇ ਨਾਨਕੀ ਗਈ ਸੀ ਅੱਛਾ ਗੱਲ ਸੁਣਨ ਵਾਲੀ ਆ ਹਾਂ ਹਾਂ ਮੈਂ ਆਪਦੇ ਨਾਨਕੀ ਗਈ ਤੇ ਮੇਰਾ ਮਾਮਾ ਬਾਹਰ ਸੀਗਾ ਅੱਛਾ ਤੇ ਉੱਥ ਨਾਲ ਮੇਰੀ ਮਾਸੀ ਚਲੀ ਗਈ ਛੋਟੀ ਅੱਛਾ ਅਸੀਂ ਦੋਵੇਂ ਜਾਣੀਆਂ ਚੱਲ ਗਈਆਂ ਤੇ ਮਾਮੇ ਨੂੰ ਆ ਕੇ ਸਾਨੂੰ ਬੋਤੇ ਦੇ ਬਾਹ ਦੇ ਅੱਛਾ ਊਠ ਤੇ ਹਾਂ ਊਠ ਤੇ ਬਾਹ ਦਿੱਤਾ ਉਹਨੇ ਹਾਂ ਅਸੀਂ ਤਾਂ ਜਾਂ ਸੇਮ ਨਾਲੇ ਜਾਈਆਂ ਊਠ ਤਾਂ ਬਹਿ ਗਿਆ ਹਾਂ ਤੇ ਅਸੀਂ ਡਿੱਗ ਪਈਆਂ ਕਾਲੇ ਚ ਸੇਮ ਨਾਲੇ ਚ ਆਏ ਹਾਂ ਲਿਬੜ ਗਏ ਹੋਗੇ ਤੇ ਹੋਰ ਦੋਵੇਂ ਜਾਣੀਆਂ ਲਿਬੜੀਆਂ ਜਿਹੜੀ ਜਿੱਥੇ ਪਰਵੀ ਵਿਆਹੀ ਉੱਥੇ ਸੀ ਮੇਰੀ ਮਾਸੀ ਅੱਛਾ ਅਰਮਾਨੀ ਫਿਰ ਮਾਮੇ ਨੂੰ ਆਜਾ ਮਾਰੀਆਂ ਉਹਨੇ ਆਣ ਕੇ ਬੋਤਾ ਠਾਇਆ ਮਿੱਤਰੋ ਗੱਲਾਂ ਬਾਤਾਂ ਵੀ ਚੱਲੀ ਜਾਂਦੀਆਂ ਤੇ ਹੁਣ ਆਪਾਂ ਪਾ ਦਾਂਗੇ ਕੀ ਪਾਉਣਾ ਆ ਕੱਦੂਆਂ ਵਾਲਾ ਪਾਣੀ ਹੁਣ ਵਾਰੀ ਆਈ ਅੱਛਾ ਹੁਣ ਪਾਉਣਾ ਇਹਨੂੰ ਵਾਹ ਜੀ ਵਾਹ ਕਿਆ ਬਾਤ ਆ ਕਹਿੰਦੇ ਸਿਰਾ ਹੋਇਆ ਪਿਆ ਮੇਰੇ ਵੀਰੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਹੀਂ ਨਹੀਂ ਆ ਤੇ ਮੈਂ ਖਾਊਂਗਾ ਜ਼ਰੂਰ ਖਾਊਂਗਾ ਇੰਨੀ ਸਹੀ ਗੱਲ ਇੰਨੀ ਕਿ ਮਿਹਨਤ ਲੱਗੀ ਨਾ ਬਣਾਉਣ ਆ ਮੰਮੀ ਪਾਣੀ ਐਕਸਟਰਾ ਪਾਉਣਾ ਹੈ ਮੈਨੂੰ ਤਾਂ ਲੱਗਦਾ ਸੋਨੀ ਨੇ ਟੈਂਕੀ ਵਾਲਾ ਪਾਣੀ ਸਾਰਾ ਪਾ ਦੇਣਾ ਭਰ ਭਰ ਕੇ ਕੱਪ ਲਈ ਆਉਂਦੀ ਆ ਗੋਲ ਗੱਪੇ ਜਿਹੜੇ ਬਣਾਏ ਸੀ ਆਪਾਂ ਕਰ ਦੇਣੇ ਮਿਕਸ ਮੇਰੇ ਵੀਰੋ ਕਹਿੰਦੇ ਇੱਧਰ ਮੇਰੇ ਵੀਰੋ ਕੋਫਤੇ ਤਿਆਰ ਮੰਮਾ ਮੇਰਾ ਤੇ ਜੀ ਕਰੀ ਜਾਂਦਾ ਹੁਣੇ ਕਾਲਜ ਪਾ ਕੇ ਖਾ ਲਾ ਲਓ ਮਿੱਤਰੋ ਆ ਆਪਣੇ ਹੋ ਗਏ ਜੇ ਕੋਫਤੇ ਰੈਡੀ ਦਿਖਾ ਦੋ ਮਾਮਾ ਕੋਫਤੇ ਚੱਕ ਕੇ ਉਹ ਕਹਿੰਦਾ ਸੀਗਾ ਪਤਲੀ ਆ ਤਰੀ ਨਹੀਂ ਨਹੀਂ ਸਿਰਾ ਹੋ ਗਿਆ ਹਰ ਵਾਰੀ ਦੀ ਤਰ੍ਹਾਂ ਅੱਗੇ ਵੀ ਕਹਿੰਦਾ ਹੁੰਦਾ ਕਿ ਜਿਹੜੀ ਵੀ ਚੀਜ਼ ਅਸੀਂ ਘਰੇ ਬਣਾਉਣੇ ਹੁੰਦੇ ਤੁਸੀਂ ਇੱਕ ਵਾਰੀ ਘਰੇ ਜ਼ਰੂਰ ਬਣਾ ਕੇ ਵੇਖਿਆ ਕਰੋ ਬਾਕੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਕੋਫਤੇ ਬਣਦੇ ਕਿੱਦਾਂ ਬਾਕੀ ਜਿਨ੍ਹਾਂ ਨੇ ਨਹੀਂ ਹਾਲੇ ਤੱਕ ਬਣਾਈ ਤੇ ਇੱਕ ਵਾਰੀ ਸਾਡੇ ਕਹਿਣ ਤੇ ਇਹ ਰੈਸਪੀ ਜ਼ਰੂਰ ਬਣਾ ਕੇ ਵੇਖਿਓ ਤੇ ਅਗਲੀ ਸਟੋਰੀ 'ਚ ਵੇਖੋ ਮਿੱਤਰੋ ਆਪਾਂ ਕੋਡਿੰਗ ਕਿੱਥੋਂ ਕਰਾਈ ਉਹ 'ਚ ਸਾਰਾ ਦੱਸੋ ਕੋਡਿੰਗ ਕਿਹੜੀ ਆ ਤੇ ਕੀ ਹਿਸਾਬ ਕਿਤਾਬ ਆ ਕਿਆ ਕਰੋ ਵਾਹ ਜੀ ਵਾਹ ਇੱਧਰ ਕਹਿੰਦੇ ਰਾਣੀ ਸੁੰਦਰ ਆਪਣੀ ਹੋਈ ਜਾਂਦੀ ਤਿਆਰ ਮੇਰੇ ਵੀਰੋ ਕਿੱਥੇ ਆਏ ਆ ਡਿਟੇਲਿੰਗ ਕਰਿਊ ਹੈ ਲਾਸਟ ਤੇ ਸਾਰੀ ਇਨਫੋਰਮੇਸ਼ਨ ਦੇਵਾਂਗੇ ਤੇ ਜਦੋਂ ਆਲ ਰੈਡੀ ਹੋ ਜੂ ਵਾਜੀ ਵਾ ਕਹਿੰਦੇ ਆਪਣੀ ਰਾਣੀ ਸੁੰਦਰਾ ਮੇਰੇ ਵੀਰੋ ਧੋ ਕੇ ਖੜਾ ਦੀ ਆ ਤੇ ਮੋਟੇ ਹੋਣਾ ਦੀ ਰਾਣੀ ਸੁੰਦਰਾ ਲੈ ਨਹਾਈ ਧੋਈ ਕਰੀ ਜਾਂਦੇ ਆ ਤੇ ਆ ਪਹਿਲਾਂ ਵਾਲੀ ਕੰਡੀਸ਼ਨ ਵੇਖ ਲਓ ਤੇ ਬਾਅਦ 'ਚ ਜਦੋਂ ਸੈਰਾਮਿਟ ਕੋਡਿੰਗ ਜਿਹੜੇ ਵੀ ਆਪਾਂ ਕਰਾਉਣ ਆਏ ਹਾਂ ਜਦੋਂ ਉਹ ਹੋਗੀ ਬਾਅਦ 'ਚ ਤੁਸੀਂ ਉਹਦੀ ਕੰਡੀਸ਼ਨ ਵੇਖਿਓ ਕਿ ਸਿਰਾ ਹੀ ਹੋ ਜਾਣਾ ਘੱਟਾ ਵੀ ਹੈ ਤੇ ਖੜਿਆ ਨਹੀਂ ਕਰਦਾ ਤੁਹਾਨੂੰ ਲੱਗਦਾ ਹੋਊਗਾ ਬੜੀ ਸੋਹਣੀ ਗੱਡੀ ਲੱਗਦੀ ਪਈ ਆ ਜਦੋਂ ਨੇੜੇ ਕਰੋਗੇ ਨਾ ਆ ਲਾਈਟਾਂ ਦੇ ਵਿੱਚ ਆ ਸਕਰੈਚ ਕਰੋ ਆ ਡੀਪਲੀ ਦਿਸਣਗੇ ਤੁਹਾਨੂੰ ਧਿਆਨ ਨਾਲ ਤੇ ਆ ਕੀ ਕਹਿੰਦੇ ਨੂੰ ਸੈਰਾਮਿਟ ਕੋਡਿੰਗ ਮੈਨੂੰ ਤਾਂ ਨਾਮ ਨਹੀਂ ਲੈਣਾ ਆਉਂਦਾ ਜਦੋਂ ਇਹ ਹੋ ਗਈ ਨਾ ਆ ਸਕਰੈਚ ਇਹ ਸਾਰੇ ਉੱਡ ਜਾਣੇ ਸਾਰਾ ਏ ਟੂ ਜ਼ੈਡ ਡਾ ਦੇਣਾ ਹਾਂ ਤੇ ਘੱਟਾ ਘੁੱਟਾ ਇਹ ਤੇ ਜੰਮੇ ਹੀ ਨਹੀਂ ਕਰਨਾ ਪਾਣੀ ਪ੍ਰੈਸ਼ਰ ਪਾਇਆ ਕੇ ਤੇ ਉੱਡ ਜਾ ਕਰਨਾ ਬਾਕੀ ਜਦੋਂ ਸਾਰਾ ਹੋ ਗਿਆ ਡਨ ਵੀਰੇ ਫਿਰ ਆਪਾਂ ਦਿਖਾਉਣੀ ਆ ਠੀਕ ਆ ਲਾਸਟ ਤੇ ਇਹ ਆਪਾਂ ਅੱਜ ਆਏ ਸੀ ਡਿਟੇਲਿੰਗ ਕਰੂ ਸਿਰਾ ਕਰਾਉਣਾ ਹੁਣ ਆਪਾਂ ਠੀਕ ਆ ਆ ਸਾਰਾ ਕੁਝ ਡਾ ਦੇਣਾ ਹੀ ਇਹ ਹੋਇਆ ਕਾ ਤੋਂ ਹਾਂ ਸਾਰਾ ਭਾਜੀ ਆ ਡੇਲੀ ਵਾਸ਼ ਕਰਦੇ ਨੇ ਤਾਂ ਕਰਕੇ ਹੁੰਦਾ ਜੇ ਆਪਾਂ ਧੁੱਪ 'ਚ ਖੜੋਗੇ ਵਾਸ਼ ਕਰਾਂਗੇ ਤਾਂ ਹੋ ਮਤਲਬ ਗੱਡੀ ਡੇਲੀ ਵਾਸ਼ ਨਹੀਂ ਕਰਨੀ ਅਵੋਇਡ ਕਰੋ ਜਿੰਨਾ ਅਵੋਇਡ ਹੁੰਦਾ ਉਹਨੂੰ ਅਵੋਇਡ ਕਰੋ ਬਿਲਕੁਲ
लो भी कहते इधर मित्रों कराता जे सिरा चेक करो सिरा किन्ना ने कराया इन्ना ने पहला थोनू दिखा दिए काम चेक करो है गड्डी आपके मूहों बोलती है कि मेरे कोई डेंटिंग पेंटिंग हुई है मेडिक्योर पेडिक्योर जिहड़ी इन्नी लिशकी आती है तो इधर चेक करो वीरे पहला जो आप दिखाए चरीटा किनिया ही इतने तो आ वे लो तुहाडे सामने ਕਿਹੜੀ ਆਪਣੀ ਕੀਤੀ ਕੋਡਿੰਗ ਆ ਸਾਰਾ ਦੱਸੋ ਭਾਜੀ ਮਰੀਨ ਕੋਡਿੰਗ ਕੀਤੀ ਆਪਾਂ ਜਿਹੜੀ 에ਅਰਕ੍ਰਾਫਟ ਤੇ ਯੂਜ਼ ਹੁੰਦੀ ਹੈ ਗੱਡੀ ਦੀ ਓਕੇ ਆਪਾਂ 3 ਸਾਲ ਵਾਲੀ ਕੀਤੀ ਹੈ 1 ਸਾਲ ਵਾਲੀ ਵੀ ਹੁੰਦੀ ਆ 3 ਸਾਲ ਦਾ ਪੈਕੇਜ ਭਾਜੀ ਬਾਲਾ ਸਿਰਾ ਕਰਾ ਦਿੰਦੇ ਗੱਡੀ ਦੇ ਘੱਟਾ ਮਿੱਟੀ ਜਮਾਂ ਹੀ ਨਹੀਂ ਜੰਮਣ ਦੇਣੇ ਇਸ ਚੀਜ਼ ਨੇ ਇਹ ਚੀਜ਼ ਦੇ ਫਾਇਦੇ ਬੜੇ ਪੈਸੇ ਤਾਂ ਥੋੜੇ ਜਿਹੇ ਲੱਗ ਜਾਂਦੇ ਪਰ ਇਹ ਚੀਜ਼ ਦੇ ਫਾਇਦੇ ਵੀ ਬੜੇ ਆ ਭਾਜੀ ਇਦਾਂ ਹੀ ਗਲੋਸ ਰਹੂਗਾ ਹਾਂ ਇਦਾਂ ਹੀ ਗਲੋ ਰਹਿਣਾ ਇਹਦੇ ਫੇਸ ਤੇ ਤੇ ਬਾਕੀ ਵੀਰੇ ਆਪਣਾ ਐਡਰੈਸ ਦੱਸਿਓ ਕਿੱਥੇ ਆ ਭਾਜੀ ਡਿਟੇਲਿੰਗ ਗਰੁੱਪ ਪਲਾਟ ਨੰਬਰ 160 ਏ ਇੰਡਸਟਰੀਅਲ ਏਰੀਆ ਸੈਕਟਰ 82 ਮੋਹਾਲੀ ਤੇ ਆਪਣਾ ਨੰਬਰ ਵੀ ਇੱਕ ਵਾਰੀ ਸ਼ੇਅਰ ਕਰ ਦਿਓ 9184881188 ਇੱਕ ਵਾਰੀ ਫੇਰ ਬੋਲ ਦਿਓ 9184881188 ਲੋ ਵੀ ਮਿੱਤਰੋ ਨੰਬਰ ਨੋਟ ਕਰ ਲਿਓ ਤੇ ਆ ਵੀ ਨੋਟ ਕਰ ਲਓ ਘੈਂਟ ਕੰਮ ਤੇ ਬਹੁਤ ਹੀ ਵਧੀਆ ਸਾਰਾ ਕੰਮ ਕਰਦੇ ਵੀਰੇ ਹੋਣੀ ਆ ਜਿਹੜੇ ਓਕੇ ਜੀ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਮਿੱਤਰੋ ਕਿਨੇ ਦੇ ਚਾਹੁੰਦੇ ਆ ਕਿ ਗੱਡੀ ਇਦਾਂ ਚਮਕਾਉਣੀ ਤੇ ਇੱਥੇ ਜ਼ਰੂਰ ਪਹੁੰਚਿਓ ਤੇ ਚਮਕਾ ਕੇ ਭੇਜਣੀ ਆ ਵੀਰੇ ਕਿਸੇ ਦੀ ਕੰਪਲੇਂਟ ਨਹੀਂ ਆਉਣ ਦੇਣੀ ਆਪਾਂ ਕੰਪਲੇਂਟ ਆਉਣੀ ਨਹੀਂ ਦੇਣੀ ਕੰਮ ਹੀ ਪੂਰਾ ਇੱਕ ਨੰਬਰ ਕਰਦੇ ਵੀਰੇ ਸੋ ਹੋਪ ਤੁਹਾਨੂੰ ਸਾਰਿਆਂ ਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ ਤੇ ਵਾਧੂ ਸਾਰੇ ਕਮੈਂਟ ਕਰਦਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਨਵੇਂ ਨਵੇਂ ਵਲੌਗ ਦੇਖਣ ਲਈ ਚੈਨਲ ਨੂੰ ਕੀ ਕਰ ਲਓ ਬੇਬੇ चैनल नूं सबसक्राइब कर लो इदां ही प्यार करते रहो इदां ही अहीं व्लॉग बनाउंदे रहांगे थैंक यू सो मच लव यू टू बाय।